ਜਿੱਥੇ ਕਿਸਾਨ ਦਿੱਲੀ 'ਚ ਲਗਾਤਾਰ ਡਟੇ ਹੋਏ ਹਨ ਉੱਥੇ ਹੀ ਕਿਸਾਨਾਂ ਦਾ ਹੌਸਲਾ ਵਧਾਉਣ ਲਈ ਜਗ੍ਹਾ ਜਗ੍ਹਾ ਤੇ ਅਟੁੱਟ ਲੰਗਰ ਚੱਲ ਰਹੇ ਹਨ। ਇਸੇ ਤਹਿਤ ਗੁਰਾਇਆ ਦੇ ਨੇੜਲੇ ਪਿੰਡ ਬੰਡਾਲਾ ਦੀਆਂ ਸਮੂਹ ਸੰਗਤਾਂ ਵੱਲੋਂ ਦਿੱਲੀ ਜਾ ਕੇ ਕਿਸਾਨਾਂ ਲਈ ਲੰਗਰ ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਦੇ ਹੱਕ 'ਚ ਚੱਟਾਨ ਵਾਂਗ ਡਟੇ ਪਿੰਡ ਦੇ ਨੌਜਵਾਨ ਸੁੱਖਾ ਬੱਸੀ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਬੈਠਿਆਂ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਅਤੇ ਹਰ ਇੱਕ ਵਰਗ ਕਿਸਾਨਾਂ ਦੇ ਨਾਲ ਖੜਾ ਹੈ। ਉਹਨਾਂ ਦੱਸਿਆ ਕਿ ਇਸ ਲੰਗਰ 'ਚ ਕਿਸਾਨਾਂ ਦੀ ਜਿੱਦੀ ਅਰਦਾਸ ਕੀਤੀ ਗਈ ਹੈ। ਉੱਥੇ ਹੀ ਦੂਜੇ ਪਾਸੇ ਪਿੰਡ ਦੇ ਬਲਜੀਤ ਸਿੰਘ ਨਾਂ ਦੇ ਨੌਜਵਾਨ ਨੇ ਕਿਹਾ ਕਿ ਇਹ ਲੰਗਰ ਕਿਸਾਨਾਂ ਦਾ ਹੌਸਲਾ ਵਧਾਉਣ ਲਈ ਲਗਾਇਆ ਗਿਆ ਹੈ। ਇਸ ਲੰਗਰ 'ਚ ਸਮੂਹ ਪਿੰਡ ਵਾਸੀਆਂ ਅਤੇ NRI ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇੱਥੇ ਪਿੰਡ ਬੰਡਾਲਾ ਦੀ ਸੰਗਤ ਵੱਲੋਂ ਨੌਜਵਾਨਾਂ ਦੇ ਇਕੱਠ ਵਜੋਂ ਲੰਗਰ ਚਲਾਏ ਜਾ ਰਹੇ ਆ, ਜੋ ਕਿ ਇੱਥੇ ਆਪਣੇ ਸੰਗਤਾਂ ਵੱਲੋਂ ਬਹੁਤ ਹੀ ਭਰਮਾ ਹੰਗਾਰਾ ਮਿਲ ਰਿਹਾ ਆ। ਸੋ ਠੰਡ ਦਾ ਮਾਹੌਲ ਆ, ਠੰਡ ਦੇ ਮਾਹੌਲ ਨੂੰ ਦੇਖਦੇ ਹੋਏ ਇੱਥੇ ਚਾਹ ਦੇ ਲੰਗਰ, ਕੌਫੀ ਦੇ ਲੰਗਰ ਤੇ ਦੁੱਧ ਦੇ ਲੰਗਰ ਸਮੇਂ ਅਨੁਸਾਰ ਲਾਏ ਜਾਂਦੇ ਆ, ਜਿਸ ਦੇ ਵਿੱਚ ਪਿੰਡ ਦੇ ਸਮੂਹ ਨਗਰ ਦਾ ਤੇ NRI ਵੀਰਾਂ ਦਾ ਬਹੁਤ ਸਹਿਯੋਗ ਆ। ਉਹਨਾਂ ਦੇ ਸਹਾਰੇ ਸਦਕਾ ਇੱਥੇ ਹੁਣ ਅਸੀਂ ਤੀਜਾ ਗੇੜ ਲੈ ਕੇ ਆਏ ਹਾਂ ਤੇ ਇਹ ਲੰਗਰ ਦਿਨ ਬਾ ਦਿਨ ਮਸ਼ਹੂਰ ਹੁੰਦਾ ਜਾ ਰਿਹਾ ਆ। ਦੂਰੋਂ ਦੂਰੋਂ ਸੰਗਤਾਂ ਇਸ ਲੰਗਰ ਨੂੰ ਛਕਣ ਵਾਸਤੇ ਆਉਂਦੀਆਂ ਆ। ਸੋ ਆਪਾਂ ਅਪੀਲ ਕਰਦੇ ਹਾਂ ਕਿ ਕੇਂਦਰ ਛੇਤੀ ਤੋਂ ਛੇਤੀ ਇਹ ਬਿੱਲ ਵਾਪਸ ਲਵੇ ਤੇ ਪੰਜਾਬੀ ਆਪਣੇ ਆਪਣੇ ਘਰ ਨੂੰ ਖੁਸ਼ੀ ਨਾਲ ਜਾਣ। ਸੋ ਇੱਕ ਵਾਰ ਫੇਰ ਮੈਂ ਸਾਰੇ ਪਿੰਡ ਬੰਡਾਲਾ ਦੇ ਨਗਰ ਵਾਸੀਆਂ ਦਾ ਤੇ NRI ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪਾਂ ਸਭ ਨੂੰ ਪਤਾ ਹੀ ਹੈ, ਤਕਰੀਬਨ ਪਿਛਲੇ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਆ, ਜੋ ਸਰਕਾਰ ਨੇ ਕਾਲੇ 3 ਆਰਡੀਨੈਂਸ ਲਿਆਂਦੇ ਸੀਗੇ ਉਹਨਾਂ ਦੇ ਵਿਰੁੱਧ ਵਿੱਚ ਪੂਰੀ ਪੰਜਾਬ ਨਹੀਂ ਹੁਣ ਤਾਂ ਪੂਰੀ ਦੁਨੀਆਂ ਦੇ ਵਿੱਚ ਉਹਦਾ ਵਿਰੋਧ ਚੱਲ ਰਿਹਾ ਆ। ਸੋ ਹਰ ਇੱਕ ਵਰਗ ਆਪਣੇ ਆਪਣੇ ਤਰੀਕੇ ਨਾਲ ਦਿੱਲੀ ਮੋਰਚੇ ਤੇ ਹਾਜ਼ਰੀ ਲਵਾ ਰਿਹਾ ਆ। ਬਿਊਰੋ ਰਿਪੋਰਟ, ਸਾਂਝ TV। ਹੁਣ ਸਮੱਸਿਆ ਭਾਵੇਂ ਕੋਈ ਵੀ ਹੋਵੇ ਤਾਂ ਇੱਧਰ ਉੱਧਰ ਨਾ ਘੁੰਮੋ, ਕਿਉਂਕਿ ਸ਼੍ਰੀ ਹਰੀ ਜੋਤਿਸ਼ ਕੇਂਦਰ ਕਰਨਗੇ ਤੁਹਾਡੀ ਹਰ ਸਮੱਸਿਆ ਦਾ ਹੱਲ। ਤੁਸੀਂ ਰੋਂਦੇ ਹੋਏ ਆਓਗੇ ਤੇ ਹੱਸਦੇ ਹੋਏ ਜਾਓਗੇ। ਜੇਕਰ ਤੁਹਾਡਾ ਪਤੀ, ਪ੍ਰੇਮੀ ਜਾਂ ਬੇਟਾ ਕਿਸੇ ਦੇ ਬਸ ਵਿੱਚ ਹੈ ਤਾਂ ਘਬਰਾਓ ਨਾ। ਪਿਆਰ ਵਿੱਚ ਧੋਖਾ ਖਾਦੇ ਪ੍ਰੇਮੀ ਪ੍ਰੇਮਿਕਾ ਜਲਦ ਸੰਪਰਕ ਕਰਨ, ਅਸੀਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ। ਪਰੇਸ਼ਾਨੀ ਭਾਵੇਂ ਕਿਸੇ ਵੀ ਪ੍ਰਕਾਰ ਦੀ ਹੋਵੇ, ਉਸਦਾ ਹੱਲ ਜ਼ਰੂਰ ਹੁੰਦਾ ਹੈ। ਨਤੀਜਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਆਏਗਾ। ਜਿਵੇਂ ਵਸ਼ੀਕਰਨ, ਲਵ ਮੈਰਿਜ, ਕੋਰਟ ਕਚਹਿਰੀ ਵਿੱਚ ਜਿੱਤ, ਵਿਦੇਸ਼ ਯਾਤਰਾ, ਕਰਜ਼ੇ ਤੋਂ ਛੁਟਕਾਰਾ, ਕਾਰੋਬਾਰ ਵਿੱਚ ਘਾਟਾ, ਬਿਮਾਰੀ ਵਿੱਚ ਦਵਾ ਨਾ ਲੱਗਣਾ, ਪਤੀ ਪਤਨੀ ਵਿੱਚ ਅਣਬਣ ਕੀਤਾ ਕਰਾਇਆ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਮਨਾਉਣਾ, ਵਿਆਹ ਵਿੱਚ ਮਾਤਾ ਪਿਤਾ ਨੂੰ ਮਨਾਉਣਾ ਆਦਿ ਹਰ ਸਮੱਸਿਆ ਦਾ ਹੱਲ ਪੰਡਿਤ ਵਿਨੋਦ ਸ਼ਰਮਾ ਜੀ ਕਰਨਗੇ। ਇੱਕ ਫੋਨ ਤੁਹਾਡੀ ਬਦਲ ਸਕਦਾ ਹੈ ਜ਼ਿੰਦਗੀ। ਆਪਣੇ ਸਾਰੇ ਕਸ਼ਟਾਂ ਤੋਂ ਛੁਟਕਾਰਾ ਪਾਉਣ ਲਈ ਹੁਣੇ ਫੋਨ ਕਰੋ 98 884 64 194।